ਮੈਂ ਇਹ ਪੱਠੇ ਤੇ ਮਜ਼ਦੂਰੀ ਕਰਨਾ ਉੱਥੇ ਸਵੇਰ ਜਾਣਾ ਸ਼ਾਮ ਤੱਕ ਉਹਦੇ ਵਿੱਚ ਸਾਡੇ ਹਫ਼ਤੇ ਦੇ ਕਦੀ 3000 ਕਦੀ 2000 ਹਫ਼ਤੇ ਬਾਅਦ ਮਿਲਦਾ ਸੀ ਜਦੋਂ ਮੈਨੂੰ ਪਤਾ ਚੱਲਿਆ ਮੇਰੇ ਬੱਚੇ ਨੂੰ ਦੇਖ ਦੀ ਬਿਮਾਰੀ ਅਤੇ ਮੈਨੂੰ ਬੜਾ ਦੁੱਖ ਹੋਇਆ ਹੈ ਬੱਚੇ ਦੀ ਬਿਮਾਰੀ ਦਾ ਸੁਣ ਕੇ ਬਹੁਤ ਦੁੱਖ ਹੋਇਆ ਕਿਉਂਕਿ ਸਾਰੇ ਗਰੀਬ ਆਵਾਮ ਕੀ ਕਰ ਸਕਦੇ ਅਤੇ ਫਿਰ ਘਰ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਸੀ ਕਿ ਅਸੀਂ ਇਲਾਜ ਨਹੀਂ ਕਰਵਾ ਸਕੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ ਅਸੀਂ ਜਾਂਦੇ ਰਹੇ ਦਵਾਈਆਂ ਵਗੈਰਾ ਦਿੰਦੇ ਰਹੇ ਬਹੁਤ ਜ਼ਿਆਦਾ ਇਹਦੀ ਤਬੀਅਤ ਖਰਾਬ ਰਹਿੰਦੀ ਰਹੀ ਬਾਅਦ ਦਫ਼ਾ ਤਾਂ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਰਾਤ ਨੂੰ ਅਸੀਂ ਰੋਣਾ ਸ਼ੁਰੂ ਕਰ ਦੇਣਾ ਕਿ ਸਾਹਸ ਦਾ ਮਸਲਾ ਬਹੁਤ ਜ਼ਿਆਦਾ ਟਰਾਂਸਪੋਰਟ ਹੈਂਡ ਵਾਲੋ ਕੈਂਪ ਖੁੱਲ੍ਹਾ ਥਾ ਨਾ ਉਧਰ ਹਮਾਰੇ ਗਾਓਂ ਮੇ ਤੋ ਫਿਰ ਹਮ ਇਧਰ ਆਏ ਇੱਕ ਦਫ਼ਾ ਆਏ ਕਾਗਜ਼ਾਤ ਵਗੈਰਾ ਲੈ ਲੈ ਕੇ ਉਹ ਇਹਨਾਂ ਨੇ ਜਮ੍ਹਾਂ ਕੀਤੇ ਦੁਬਾਰਾ ਆਪਾਂ ਹਮ ਆਏ ਹਾਂ ਉਹਨਾਂ ਨੇ ਹਮਾਰਾ ਇੱਧਰ ਐਡਮਿਸ਼ਨ ਕਰਵਾ ਲਈ ਹੈ ਤੋ ਸੁਬਾਹ ਇਨਸ਼ਾ ਅੱਲਾ ਮਿਲ ਜਾਵੇ ਸ਼ੁਕਰੀਆ ਅਦਾ ਕਰਨਾ ਉਹਨਾਂ ਸਾਡੀ ਬੜੀ ਵੱਡੀ ਕੀਤੀ ਬੜਾ ਵੱਡਾ ਉਹਨਾਂ ਦਾ ਸਥਾਨ ਹੈ ਸਾਡੇ ਤੇ ਉਹਨਾਂ ਸਾਡੀ ਬੜੀ ਸਪੋਰਟ ਕੀਤੀ ਅੱਲਾਹ ਤਾਲਾ ਉਹਨਾਂ ਤੰਦਰੁਸਤੀ ਦੇ ਚੱਲਦਾ ਹੀ ਰਹਿਣਾ ਕਿਰਪਾ ਮਾਰ ਕੇ